ਜੀ ਮੈਂ ਕਹਿਣ ਲੱਗਾ ਮਾਸਕ ਕਰਾ ਕੇ ਇਸ਼ਨਾਨ ਕਰ ਲਿਆ ਕਰੋ ਉਹ ਹੱਥ ਨੇ ਕੇ ਕਾਨੇ ਮੋਢੇ ਜਰਾ ਦਬਾ ਕੇ ਕੁੱਟੋ ਚੰਗਾ ਉਸਤਾਦ ਜੀ ਉਹ ਹਾਂ ਵੀ ਕੌਣ ਆ ਤੰਨੇ ਰੁਕ ਜੋ ਏ ਉਹ ਬਾਈ ਉਹੀ ਸਾਲੇ ਫੁਕਰੇ ਪੁੱਛੀ ਬਿਕਰ ਤੇ ਗੈਂਡਾ ਸਰਪੜੇ ਇਹਨਾਂ ਦੇ ਉਹ ਨਹੀਂ ਚਪੇੜਾ ਨਾ ਹੀ ਕੰਮ ਸਰ ਗਿਆ ਆਪਣਾ ਉਹ ਪੂਚੀ ਜਦੋਂ ਜਾਂਦਾ ਪਿਆ ਸੀ ਮੈਂ ਮਾਰੀ ਚਪੇੜ ਉਹਦੇ ਵੱਟ ਕੇ ਤੇ ਤਿੰਨੇ ਮੇਰੇ ਪੈਰਾਂ 'ਚ ਕਹਿੰਦੇ ਬਾਈ ਜੀ ਹੁਣ ਛੱਡ ਦੋ ਅੱਗੇ ਤੋਂ ਨਹੀਂ ਕਰਦੇ ਓਏ ਤਾਂ ਤੋਚੀ ਫੋਰਸ ਦੇ ਸਿਪਾਹੀ ਨੇ ਪੱਕੇ ਸਿਪਾਹੀ ਤਿੰਨ ਜਣਿਆਂ ਦੀ ਫੋਰਸ ਨਾਲ ਕੁਛ ਨਹੀਂ ਬਣਨਾ ਫੋਰਸ ਵਧਾਉਣੀ ਪੈਣੀ ਆ ਅੱਛਾ ਯਾਰ ਉਸਤਾਦ ਉਹੀ ਤਾਂ ਸਲਾਹ ਕਰਨਾ ਆ ਜੇ ਮੁਫਤ ਦੁੱਧ ਘਿਓ ਦਾ ਇੰਤਜ਼ਾਮ ਹੋ ਜੇ ਨਾ ਤੇ ਸਾਡਾ ਕੰਮ ਬਣ ਜੇ ਰਿਫਾਈਨ ਦੀ ਡੇਲੀ ਦਾ ਮੰਗਲਾ ਦਰਵਾਜ਼ਾ ਖੁੱਲਾ ਹੁੰਦਾ ਅੱਛਾ ਚੱਕੀ ਚਲੋ ਦੁੱਧ ਘਿਓ ਦੇ ਫੱਟੇ ਠੀਕ ਹੈ ਉਸਤਾਦ ਜੀ ਜਾ ਕੇ ਅਸੀਂ ਤਿੰਨਾਂ ਨੇ ਤੁਹਾਡਾ ਸਕੂਲ ਦਾ ਕੰਮ ਵੀ ਕਰਨਾ ਹੈ ਓਏ ਜਦ ਦੋ ਸਿਆਣੇ ਬੰਦੇ ਗੱਲ ਕਰਦੇ ਹੋਣ ਨਾ ਤਾਂ ਵਿੱਚ ਨਹੀਂ ਬੋਲੀਦਾ ਚੰਗਾ ਉਸਤਾਦ ਜੀ ਮਿਲਦੇ ਆ ਫਿਰ ਉਹ ਹਿੱਕਾ ਥਾਪੜ ਲਓ ਸਿਪਾਹੀਓ ਤੁਹਾਡੀ ਖੁਰਾਕ ਦਾ ਇੰਤਜ਼ਾਮ ਹੋ ਗਿਆ ਇਹ 3 2 1 ਚੁੱਕੋ ਏ ਸ਼ਾਬਾਸ਼ ਲੈ ਵੀ ਦੇਸੀ ਘਿਓ ਪੀਣ ਦੇ ਮੁਕਾਬਲਾ ਰਿਹਾ ਸਰਦਾਰ ਜੰਗ ਸਿੰਘ ਗੁਰਾਂ ਦਾ ਤੇ ਕਾਕੇ ਸ਼ੁਭਦੀਪ ਸਿੰਘ ਗੁਰਾਂ ਦਾ ਬਰਾਬਰ ਤੇ ਲੱਸੀ ਪੀਣ ਚ ਮੈਨੂੰ ਲੱਗਦਾ ਏ ਸਰਦਾਰ ਸਾਹਿਬ ਦੀ ਲੱਸੀ ਕਰ ਪੀਲੀ ਲੱਸੀ ਕਰ ਛੱਡੀ ਲੱਸੀ ਕਿਵੇਂ ਹੋ ਗਈ 3 ਗਲਾਸ ਇਹਨੇ ਪੀਤੇ ਆ 3 ਗਲਾਸ ਮੈਂ ਪੀਤਾ ਆ ਪਾਈ ਖਾਲੀ ਗਲਾਸ ਆ ਸਰਦਾਰ ਸਾਹਿਬ ਉਹ ਤੁਸੀਂ ਲੱਸੀ ਪੀਂਦੇ 3 ਵਾਰੀ ਡਕਾਰ ਨਹੀਂ ਲਿਆ ਤੇ ਕਾਕਾ ਜੀ ਨੇ ਬਿਨਾਂ ਡਕਾਰ ਲਏ ਸਾਰੀ ਲੱਸੀ ਫੈਟ ਚੜੀ ਹੈ ਚਲ ਆ ਜਾ ਇੱਕ ਵਾਰੀ ਫੇਰ ਸਾਜੋ ਫਿਰ ਜੇ ਤੁਸੀਂ ਮੇਰੇ ਭਾਂਜੇ ਤੋਂ ਮਾਫੀ ਮੰਗਾਉਣ ਆਏ ਹੋ ਤਕੋਰੀ ਨਾ ਆ ਮੈਂ ਤਾਂ ਚਾਹੁੰਦਾ ਬਈ ਮੇਰਾ ਮੁੰਡਾ ਤੇਰੇ ਭਾਂਜੇ ਤੋਂ ਮਾਫੀ ਮੰਗੇ ਮੇਰਾ ਕੀ ਹੈ ਬਦਮਾਸ਼ ਆ ਸਿਰੇ ਦਾ ਰਾਣੇ ਦੇ 2 ਲਫੜੇ ਮਾਰ ਕੇ ਜਦੋਂ ਮਰਜ਼ੀ ਮਾਫੀ ਮੰਗਵਾ ਲੂੰ ਪਰ ਗੱਲ ਹੈ ਖੋਜੀ ਦੀ ਜੇ ਮਾਫੀ ਮੰਗਣੀ ਹੈ ਤਾਂ ਖੋਜੀ ਤੋਂ ਮੰਗੋ ਉਹ ਵੀ ਪੂਰੇ ਸ਼ਹਿਰ ਦੇ ਸਾਹਮਣੇ ਭਾਣਜਾ ਤਾਂ ਤੂੰ ਜੰਗ ਦਾ ਹੀ ਹੈ ਸਕਾ ਕਾਕਾ ਮੈਂ ਤਾਂ ਸਮਝਾਉਣ ਆਇਆ ਸੀ ਗਲਤ ਸਮਝਾਉਣ ਵਾਲਾ ਸੁਰ ਨਹੀਂ ਹੈਗਾ ਤੁਹਾਡਾ ਤੁਸੀਂ ਸਾਨੂੰ ਇੱਥੇ ਡਰਾਉਣ ਆਏ ਹੋ ਇਸੇ ਕਰਕੇ ਚਾਹ ਪਾਣੀ ਵੀ ਨਹੀਂ ਪੁੱਛਦੇ ਵੈਸੇ ਪੁਲਿਸ ਤਾਂ ਕਹਿੰਦੀ ਸੀ ਕਿ ਥਾਣੇ ਸੱਦ ਲਓ ਹੁਣੇ ਚੱਲ ਪੈਂਦੇ ਹਾਂ ਥਾਣਾ ਕਿਹੜਾ ਦੂਰ ਆਪਾਂ ਤੋਂ ਵੈਸੇ ਥਾਣੇ ਦੀਆਂ ਕੰਧਾਂ ਨਾਲ ਆਪਣੀਆਂ ਪੁਰਾਣੀਆਂ ਯਾਰੀਆਂ ਤੁਸੀਂ ਆਪ ਹੀ ਤਾਂ ਪਾਈਆਂ ਉਹ ਯਾਰੀਆਂ ਵਾਹ ਨਹੀਂ ਪਿਆ ਥਾਣੇ ਨਾਲ ਕਾਫੀ ਦੇਰ ਤੋਂ ਇਹ ਨਾ ਹੋਵੇ ਰਾਹ ਹੀ ਭੁੱਲ ਜਾਈਏ ਪੁਰਾਣੀ ਯਾਰਾਂ ਦੀਆਂ ਜੂਆਂ ਦਾ ਕਿਉਂ ਸੰਗਾ ਸਾਹਿਬ